प्यारे विद्यार्थियों सक्रिय काल आज हम शिक्षण परिनामा आधारित अभ्यास पुस्तक तो दिमाग दूसरी के विद्यार्थी हैं रही कुछ बहुविकल्पी प्रश्न हल करते हैं लड़ी ਨੂੰ ਪੂਰਾ ਕਰਨ ਲਈ ਹੇਠਾਂ ਟੋਕਮੇ ਵੱਖਰ ਦੀ ਚੋਣ ਕਰੋ प्यारे विद्यार्थियों ਸਾਡੇ ਇੱਕ ਇੱਕ ਲੜੀ ਦਿੱਤੀ ਗਈ ਹੈ ਜੋ ਕਿ ਇਸ ਪ੍ਰਕਾਰ ਹੈ ਅਸੀਂ ਪ੍ਰਸ਼ਨਵਾਚਕ ਦੀ ਜਗਾ ਤੇ ਟੋਕਮੇ ਵਰਨ ਵਾਲਾ ਦੇ ਅੱਖਰਾਂ ਦੀ ਚੋਣ ਕਰਨੀ ਹੈ ਅਤੇ ਲੜੀ ਨੂੰ ਪੂਰਾ ਕਰਨਾ ਹੈ ਤਾਂ ਆਓ ਅਸੀਂ ਇਸ ਦੇ ਉੱਤਰ ਦੇਖਦੇ ਹਾਂ ਪਹਿਲਾ ਉੱਤਰ ਹੈ E ਦੂਜਾ ਉੱਤਰ ਹੈ M ਤੀਜਾ ਉੱਤਰ ਹੈ N ਅਤੇ ਚੌਥਾ ਉੱਤਰ ਹੈ W ਤਾਂ ਆਓ ਅਸੀਂ ਸਵਾਲ ਸ਼ੁਰੂ ਕਰਦੇ ਹਾਂ ਪਿਆਰੇ ਵਿਦਿਆਰਥੀਓ ਇਸ ਲੜੀ ਵਿੱਚ ਚਾਰ ਵਰਨਮਾਲਾ ਦੇ ਅੱਖਰਾਂ ਦੀ ਤਰਤੀਬ ਦਿੱਤੀ ਗਈ ਹੈ ਜੋ ਕਿ ਇਸ ਪ੍ਰਕਾਰ ਹੈ ਜਿਸ ਵਿੱਚ ਪਹਿਲਾ ਅੱਖਰ M ਹੈ ਉਸ ਤੋਂ ਬਾਅਦ W ਆਉਂਦਾ ਹੈ ਉਸ ਤੋਂ ਬਾਅਦ M ਆਉਂਦਾ ਹੈ ਅਤੇ ਉਸ ਤੋਂ ਬਾਅਦ ਫਿਰ W ਆਉਂਦਾ ਹੈ ਤਾਂ ਪਿਆਰੇ ਵਿਦਿਆਰਥੀਓ ਅਸੀਂ ਦੇਖਦੇ ਹਾਂ ਕਿ ਇਸ ਤੋਂ ਬਾਅਦ ਜੋ ਪੈਟਰਨ ਸ਼ੁਰੂ ਹੁੰਦਾ ਹੈ ਉਹ ਵੀ ਇਸੇ ਤਰਤੀਬ ਦਾ ਹੈ ਤਾਂ ਪਿਆਰੇ ਵਿਦਿਆਰਥੀਓ M ਤੋਂ ਬਾਅਦ W ਆਏਗਾ ਅਤੇ M ਤੋਂ ਬਾਅਦ ਫਿਰ O W ਆਏਗਾ ਤਾਂ ਇਸ ਦੇ ਲਈ ਸਾਡਾ ਸਹੀ ਉੱਤਰ ਜੋ ਕਿ ਸ ਹੈ pau ਕਿ W ਅਤੇ ਅਸੀਂ ਉਸ ਤੇ ਇੱਕ ਦਾ ਨਿਸ਼ਾਨ ਲਗਾ ਦਿੰਦੇ ਹਾਂ ਵਿਦਿਆਰਥੀਓ ਆਓ ਅਗਲੇ ਸਵਾਲ ਵੱਲ ਚੱਲਦੇ ਹਾਂ ਸੰਖਿਆ ਲੜੀ ਨੂੰ ਪੂਰਾ ਕਰੋ ਪਿਆਰੇ ਬੱਚਿਓ ਇਸ ਵਿੱਚ ਦੇਖਦੇ ਹਾਂ ਕਿ ਸਾਨੂੰ ਸੰਖਿਆ ਲੜੀ ਦਿੱਤੀ ਗਈ ਹੈ ਜਿਸ ਵਿੱਚ 5 10 15 ਅਤੇ 20 ਹੈ ਅਤੇ ਉਸ ਤੋਂ ਅਗਲੇ ਅਸੀਂ ਪਤਾ ਕਰਨੇ ਹਨ ਤਾਂ ਆਪ ਦੇਖਦੇ ਹਾਂ ਕਿ ਇਸ ਦੇ ਕਿਹੜੇ-ਕਿਹੜੇ ਉੱਤਰ ਦਿੱਤੇ ਗਏ ਹਨ ਪਿਆਰੇ ਵਿਦਿਆਰਥੀਓ ਪਹਿਲਾ ਉੱਤਰ ਹੈ 25 30 35 ਦੂਜਾ ਉੱਤਰ ਹੈ 21 22 ਅਤੇ 30 ਤੀਜਾ ਉੱਤਰ ਹੈ 22 24 26 ਚੌਥਾ ਉੱਤਰ ਹੈ 19 18 17 ਆਵਸੀ ਸਵਾਲ ਹੱਲ ਕਰੀਏ ਪਿਆਰੇ ਵਿਦਿਆਰਥੀਓ ਅਸੀਂ ਦੇਖਦੇ ਹਾਂ ਕਿ ਇਸ ਸੰਖਿਆ ਲੜੀ ਦੇ ਵਿੱਚ ਸਾਡੇ ਕੋਲ ਪਹਿਲੀ ਸੰਖਿਆ 5 ਹੈ ਅਗਲੀ ਸੰਖਿਆ 10 ਹੈ ਭਾਵ ਕਿ 5 ਦੇ ਵਿੱਚ 5 ਜੋੜ ਕੇ 10 ਬਣਾਏ ਗਏ ਹਨ ਉਸ ਤੋਂ ਬਾਅਦ 15 ਹੈ 15 ਤੋਂ ਬਾਅਦ 20 ਹੈ ਤਾਂ ਅਸੀਂ ਦੇਖਦੇ ਹਾਂ ਕਿ ਹਰੇਕ ਸੰਖਿਆ ਦੇ ਵਿੱਚ 5 ਜੋੜ ਕੇ ਅਗਲੀ ਸੰਖਿਆ ਲਿਖੀ ਗਈ ਹੈ ਤਾਂ ਸਾਨੂੰ ਪਤਾ ਲੱਗ ਗਿਆ ਇਵੀ ਤੋਂ ਬਾਅਦ 25 ਸੰਖਿਆ ਆਏਗੀ 25 ਤੋਂ ਬਾਅਦ 30 ਆਏਗੀ ਅਤੇ 30 ਤੋਂ ਬਾਅਦ 35 ਆਏਗੀ ਤਾਂ ਸਾਡੀ ਸੰਖਿਆ ਲੜੀ ਇਸ ਤਰ੍ਹਾਂ ਨਾਲ ਪੂਰੀ ਹੁੰਦੀ ਹੈ ਤਾਂ ਅਸੀਂ ਦੇਖਿਆ ਕਿ ਸਾਡੇ ਉੱਤਰ B 30 ਅਤੇ 35 ਹਨ ਅਤੇ ਅਸੀਂ ਊੜੇ ਉੱਤਰ ਭਾਵ ਕੀ ਪਹਿਲੇ ਉੱਤਰ ਉੱਤੇ ਠੀਕ ਦਾ ਨਿਸ਼ਾਨ ਲਗਾ ਦਿੰਦੇ ਹਾਂ ਸਾਡਾ ਅਗਲਾ ਸਵਾਲ ਹੈ ਸੰਖਿਆ ਲੜੀ ਨੂੰ ਪੂਰਾ ਕਰੋ ਧਿਆਰੇ ਵਿਦਿਆਰਥੀਓ ਇਸ ਪ੍ਰਕਾਰ ਦੀ ਇੱਕ ਸੰਖਿਆ ਲੜੀ ਤੁਸੀਂ ਦੇਖ ਰਹੇ ਹੋ ਇਸ ਦੇ ਚਾਰ ਉੱਤਰ ਦਿੱਤੇ ਗਏ ਹਨ ਪਹਿਲਾ ਉੱਤਰ ਹੈ 4 ਦੂਜਾ ਉੱਤਰ ਹੈ 8 ਤੀਜਾ ਉੱਤਰ ਹੈ 2 ਅਤੇ ਚੌਥਾ ਉੱਤਰ ਹੈ 6 ਤਾਂ ਅਸੀਂ ਸੰਖਿਆ ਲੜੀ ਦੇ ਵਿੱਚ ਉਹ ਪ੍ਰਸ਼ਨਵਾਚਕ ਦੀ ਜਗ੍ਹਾ ਹੈ ਅਸੀਂ ਉਸ ਨੂੰ ਪੂਰਾ ਕਰਨਾ ਹੈ ਤਾਂ ਆਓ ਅਸੀਂ ਸ਼ੁਰੂ ਕਰਦੇ ਹਾਂ ਪਿਆਰੇ ਵਿਦਿਆਰਥੀਓ ਇਸ ਸੰਖਿਆ ਲੜੀ ਵਿੱਚ ਕਿੰਨ ਅੰਕ ਹਨ ਜਿਸ ਦਾ ਪਹਿਲਾ ਅੰਕ 2 ਹੈ ਉਸ ਤੋਂ ਬਾਅਦ 4 ਹੈ ਤੋਂ ਬਾਅਦ 6 ਹੈ ਅਤੇ ਇਸ ਤੋਂ ਬਾਅਦ ਇਹੀ ਪੈਟਰਨ ਦੁਬਾਰੇ ਤੋਂ ਸ਼ੁਰੂ ਹੋ ਜਾਂਦਾ ਹੈ ਜੋ ਕਿ ਇਸ ਪ੍ਰਕਾਰ ਹੈ ਤਾਂ ਪਿਆਰੇ ਵਿਦਿਆਰਥੀਓ ਅਸੀਂ ਦੇਖਦੇ ਹਾਂ ਕਿ 2 ਤੋਂ ਬਾਅਦ 4 ਆਉਂਦਾ ਹੈ 4 ਤੋਂ ਬਾਅਦ 6 ਅਤੇ 6 ਤੋਂ ਬਾਅਦ ਚੱਕੋ 2 ਆ ਜਾਂਦਾ ਹੈ ਤਾਂ ਅਸੀਂ ਇਸ ਦੇ ਨਾਲ ਸਾਡੀ ਸੰਖਿਆ ਲੜੀ ਪੂਰੀ ਹੋ ਜਾਂਦੀ ਹੈ ਇਸ ਤੋਂ ਬਾਅਦ ਸਾਡਾ ਸਹੀ ਉੱਤਰ ਈੜੀ ਭਾਗ ਕੇ 2 ਸਹੀ ਹੈ ਅਤੇ ਅਸੁੱਤਿ ਅਸੀਂ ਚੀਕ ਦਾ ਨਿਸ਼ਾਨ ਲਗਾ ਦਿੰਦੇ ਹਾਂ ਲੜੀ ਨੂੰ ਸਮਝੋ ਅਤੇ ਪੂਰਾ ਕਰੋ ਪਿਆਰੇ ਬੱਚਿਓ ਇਸ ਦੇ ਵਿੱਚ ਸਾਨੂੰ ਕੁਝ ਤਸਵੀਰਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਤੋਂ ਕੀ ਇੱਕ ਲੜੀ ਬਣਦੀ ਹੈ ਅਸੀਂ ਅੰਤ ਵਾਲੀ ਤਸਵੀਰ ਨੂੰ ਪੂਰਾ ਕਰਨਾ ਹੈ ਤਾਂ ਆਓ ਇਸ ਦੇ ਉੱਤਰ ਦੇਖਦੇ ਹਾਂ ਪਹਿਲਾ ਉੱਤਰ ਹੈ ਇੱਕ ਤਾਰਾ ਦੂਜਾ ਉੱਤਰ ਹੈ ਸੂਰਜ ਤੀਜਾ ਉੱਤਰ ਹੈ ਚੰਦ ਅਤੇ ਚੌਥਾ ਉੱਤਰ ਹੈ ਤਾਰਾ ਅਤੇ ਚੰਦ ਆਓ ਅਸੀਂ ਸਵਾਲ ਹੱਲ ਕਰਦੇ ਹਾਂ ਪਿਆਰੇ ਵਿਦਿਆਰਥੀਓ ਇਸ ਸਵਾਲ ਦੇ ਵਿੱਚ ਤੁਸੀਂ ਲਿਖਿਆ ਹੈ ਕਿ ਤਿੰਨ ਤਸਵੀਰਾਂ ਦਾ ਇੱਕ ਸਮੂਹ ਬਣਿਆ ਹੋਇਆ ਹੈ ਜਿਸ ਵਿੱਚ ਪਹਿਲੀ ਤਸਵੀਰ ਸੂਰਜ ਦੀ ਹੈ ਦੂਜੀ ਤਸਵੀਰ ਚੰਦ ਦੀ ਹੈ ਅਤੇ ਤੀਜੀ ਤਸਵੀਰ ਇੱਕ ਤਾਰੇ ਦੀ ਹੈ ਇਸ ਤੋਂ ਬਾਅਦ ਫਿਰ ਉਹੀ ਪੈਟਰਨ ਵਾਰ-ਵਾਰ ਆ ਰਿਹਾ ਹੈ ਤਾਂ ਅਸੀਂ ਦੇਖਿਆ ਕਿ ਸਾਡੇ ਕੋਲ ਪਹਿਲੀ ਤਸਵੀਰ ਸੂਰਜ ਦੀ ਹੈ ਦੂਜੀ ਤਸਵੀਰ ਚੰਦ ਦੀ ਹੈ ਅਤੇ ਤੀਜੀ ਤਸਵੀਰ ਤਾਰੇ ਦੀ ਆਏਗੀ ਜਿਸ ਦੇ ਨਾਲ ਸਾਡੀ ਲੜੀ ਪੂਰੀ ਹੋ ਗਈ ਹੈ ਇਸ ਦੇ ਲਈ ਅਸੀਂ ਪਹਿਲਾ ਉੱਤਰ ਭਾਵ ਊੜੇ ਦੇ ਉੱਤੇ ਠੀਕ ਦਾ ਨਿਸ਼ਾਨ ਲਗਾ ਦਿੰਦੇ ਹਾਂ प्यारे विद्यार्थियों उम्मीद है ਤੁਸੀਂ ਪੂਰੇ ਸਵਾਲ ਠੀਕ ਤਰ੍ਹਾਂ ਨਾਲ ਸਮਝ ਲਏ ਹਨ ਤੁਸੀਂ ਇਹ ਸਾਰੇ ਸਵਾਲ ਆਪ ਕਾਪੀ ਤੇ ਕਰਕੇ ਦੇਖਣੇ ਹਨ ਅਤੇ ਹੁਣ ਵਾਰੀ ਕਰਦੇ ਕੰਮ ਦੀ ਹੈ ਇਸ ਦੇ ਲਈ ਅਸੀਂ ਸਵਾਲ ਦੇਖਦੇ ਹਾਂ ਨਮੂਨੇ ਪੂਰੇ ਕਰੋ ਪਿਆਰੇ ਵਿਦਿਆਰਥੀਓ ਇਸ ਵਿੱਚ ਕੁਝ ਤੀਰਾਂ ਦੇ ਨਿਸ਼ਾਨ ਦਿੱਤੇ ਗਏ ਹਨ ਜੋ ਕਿ ਅਲੱਗ-ਅਲੱਗ ਦਿਸ਼ਾ ਦੇ ਵਿੱਚ ਹਨ ਅਤੇ ਇੱਕ ਪ੍ਰਸ਼ਨਵਾਚਕ ਚਿੰਨ੍ਹ ਦਿੱਤਾ ਗਿਆ ਹੈ ਅਸੀਂ ਪਤਾ ਕਰਨਾ ਹੈ ਕਿ ਪ੍ਰਸ਼ਨਵਾਚਕ ਚਿੰਨ੍ਹ ਤੇ ਕੀ ਉੱਤਰ ਆਏਗਾ ਇਸ ਦੇ ਲਈ ਚਾਰ ਉੱਤਰ ਦਿੱਤੇ ਗਏ ਹਨ ਜੋ ਵੀ ਸਹੀ ਉੱਤਰ ਹੈ ਉਸ ਤੇ ਤੁਸੀਂ ਠੀਕ ਦਾ ਨਿਸ਼ਾਨ ਲਗਾਉਣਾ ਹੈ ਧੰਨਵਾਦ